ਮੈਂ ਤਾਂ ਇੱਕ ਅਸੀਂ 3-4 ਇੱਕ ਸਟ੍ਰੈਟਜੀ ਬਣਾਈ ਸੀ ਕੁਝ ਸਾਥੀਆਂ ਨਾਲ ਮਿਲ ਕੇ, ਓਕੇ, ਵੈਸੇ ਚਾਹੇ ਜਨਤਕ ਕਰਨੀ ਤਾਂ ਨਹੀਂ ਚਾਹੀਦੀ, ਪਰ ਚਲੋ ਹੋਣੀ ਇੱਕ ਨਾ ਸੀਗਾ ਕਿ ਜਿਹੜਾ ਐਕਸ਼ਨ ਆ ਉਹ ਸਾਂਝਾ ਹੋਣਾ ਚਾਹੀਦਾ, ਓਕੇ, ਝੰਡੇ ਇੱਕ ਦੀ ਥਾਂ ਤੇ 3 ਹੋ ਜਾਣ ਚਾਹੇ। ਦੇਖੋ ਜਿਵੇਂ ਫੈਡਰੇਸ਼ਨ ਆ, ਜਿਹੜੇ ਫੈਡਰੇਸ਼ਨ ਨਾਲ ਜੁੜੇ ਹੋਏ ਨੇ ਉਹ ਆਪਣੇ ਝੰਡੇ ਹੇਠ ਹੀ ਰਹਿਣ। ਜਿਵੇਂ ਹੁਣ ਅਸੀਂ ਆ ਮਨਿਸਟਰੀਅਲ ਆ, ਜਾਂ ਸਾਡੇ ਨਾਲ ਟੀਚਰ ਆ ਪੱਕੇ ਆ, ਮੁਲਾਜ਼ਮ ਪੱਕੇ ਆ, ਜਿਹਨਾਂ ਦੇ ਕੁਛ ਇਹਦੇ 'ਚ ਆ ਕੇ ਪੁਰਾਣੇ, ਜਿਹਨਾਂ ਨੂੰ ਪੁਰਾਣੀ ਪੈਨਸ਼ਨ ਮਿਲਦੀ, ਕੁਛ ਨੂੰ ਪੈਨਸ਼ਨ ਮਿਲਣ ਵਾਲੀ ਆ ਨਹੀਂ ਮਿਲ ਰਹੀ, ਪਰ ਉਹਨਾਂ ਦੇ ਸਾਡੇ ਨਾਲ ਮਨਿਸਟਰੀਅਲ ਆ, ਜਿਹਨਾਂ ਦਾ ਸਾਰੇ ਸਾਡੇ ਨਾਲ ਬਾਕੀ ਮਿਲਦੇ ਆ, ਇਸ ਤਰ੍ਹਾਂ ਟੀਚਰ ਆ, ਇਸ ਤਰ੍ਹਾਂ ਪਟਵਾਰੀ, ਉਹ ਇੱਕ ਝੰਡੇ ਹੇਠ ਆ ਜਾਣ। ਅਤੇ ਜਿਹੜੇ ਕੱਚੇ ਮੁਲਾਜ਼ਮ ਆ, ਜਾਂ ਕਹਿ ਲਓ ਕੰਟਰੈਕਚੁਅਲ ਆ, ਜਾਂ ਆਊਟਸੋਰਸ ਆ, ਉਹ ਇੱਕ ਝੰਡੇ ਥੱਲੇ ਆ ਜਾਣ, ਫਾਰਮ ਇੱਕ ਪਲੇਟਫਾਰਮ ਦੇ ਉੱਤੇ ਐਕਸ਼ਨ ਸਾਂਝੇ ਕਰਨ। ਐਕਸ਼ਨ ਇੱਕ ਹੋਵੇ, ਲੇਕਿਨ ਜਦੋਂ ਸਰਕਾਰ ਮੀਟਿੰਗ ਲਈ ਗੱਲ ਕਰੇ ਤਾਂ ਮੀਟਿੰਗ 3 ਨਾਲ ਹੀ ਅਲੱਗ ਅਲੱਗ ਹੋਵੇ। ਹੁਣ ਉਹਦੇ ਵਿੱਚ ਹੋਏਗਾ ਕੀ, ਜਿਵੇਂ ਕੱਚੇ ਮੁਲਾਜ਼ਮ ਕਹਿੰਦੇ ਆ ਕਿ ਸਾਡੇ ਤਾਂ ਗੱਲ ਹੀ ਨਹੀਂ ਹੁੰਦੀ, ਆਊਟਸੋਰਸ ਵਾਲੇ ਕਹਿੰਦੇ ਸਾਡੀ ਗੱਲ ਹੀ ਨਹੀਂ ਹੁੰਦੀ, ਤੇ ਉਹ ਜਿਹੜਾ ਇੱਕ ਝੰਡੇ ਹੇਠ ਹੋਣਾ ਹੋਊ, ਪ੍ਰਮੁੱਖ ਮੰਗ ਉਠਾ ਰਹੇ ਨੇ ਉਹਨਾਂ ਦੀ, ਜੇ ਮਨਿਸਟਰੀਅਲ ਰਿਹਾ ਉਹ ਵੀ ਉਹਨਾਂ ਦੀ ਮੰਗ ਉਠਾ ਰਹੇ ਨੇ, ਜਿਹੜੇ ਹੋਰ ਕਾਡਰ ਟੈਕਨੀਕਲ ਕਾਡਰ 'ਚ ਆ ਗਏ ਨੇ ਉਹ ਵੀ ਉਹਨਾਂ ਦੀ ਮੰਗ ਉਠਾ ਰਹੇ ਨੇ। ਬੰਦੀ ਆਪਣੀ ਮੀਟਿੰਗ ਆ, ਨਹੀਂ ਤਾਂ ਜਿਹੜੀ ਆ ਆਪਣੀ ਜਿਹੜਾ ਇੱਕ ਝੰਡਾ ਪੋਗਾ ਉਹਦੇ ਵਿੱਚ ਉਹਨਾਂ ਦੇ ਨੁਮਾਇੰਦੇ ਹੋਣਗੇ, ਉਹ ਜਾ ਕੇ ਆਪਣੀ ਗੱਲ ਕਰਦੇ, ਉਹਦੇ 'ਚ ਕੋਈ ਵੱਡੀ ਗੱਲ ਨਹੀਂ, ਉਹ ਇੱਕ ਮੁੱਦੇ 'ਤੇ ਕੀਤੀ ਜਾ ਸਕਦੀ। ਸੋ ਮੇਰੀ ਸਟ੍ਰੈਟਜੀ ਇਹ ਆ ਕਿ ਸਭ ਤੋਂ ਪਹਿਲਾਂ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ ਜਾਣ। ਓਕੇ, ਜੋ ਇਸ ਸਮੇਂ ਸਰਕਮਸਟਾਂਸਿਸ ਬਣੇ ਨੇ, ਜੋ ਹਾਲਾਤ ਬਣੇ ਨੇ, ਉਹ ਹਾਲਾਤਾਂ ਦੇ ਮੱਦੇਨਜ਼ਰ ਸੋਚਿਆ ਜਾਵੇ ਵੀ ਲੜਾਈ ਦਾ ਰੁੱਖ ਕੀ ਚਾਹੀਦਾ, ਕਿਸ ਤਰ੍ਹਾਂ ਅਸੀਂ ਇਕੱਠੇ ਹੋਵਾਂਗੇ। ਤਾਂ ਮੇਰੀ ਇੱਕ ਤਜਵੀਜ਼ ਆ, ਮੈਂ ਪੇਸ਼ ਕਰਾਂਗਾ ਵੀ ਇਸ ਤਰ੍ਹਾਂ ਕਰਕੇ ਕਰੋ, ਤਾਂ ਕਿ ਜਿਵੇਂ ਅਸੀਂ ਸਾਂਝਾ ਮੁਲਾਜ਼ਮਾਂ ਮੰਚ ਉਹ ਕਹਿ ਰਹੇ ਵੀ ਇਹਨੂੰ ਰਿਵਾਈਵ ਕਰੋ, ਹੁਣ ਗੱਲ ਚੱਲ ਰਹੀ ਆ, ਕਰੀਬਨ ਫੈਡਰੇਸ਼ਨ 'ਚ ਵੀ ਕਹੀ ਦੇ ਬਾਈ ਵੀ ਤੁਸੀਂ ਕਰ ਲਓ ਆਪਣਾ ਸਾਂਝਾ ਮੁਲਾਜ਼ਮ ਮੰਚ, ਅੱਗੇ ਆਪਾਂ ਫਿਰ ਇਕੱਠੇ ਹੋ, ਇਕੱਠੇ ਹੋਣ ਦਾ ਮਤਲਬ ਇਹ ਵੀ ਅਸੀਂ ਐਕਸ਼ਨ ਇਕੱਠਾ, ਫੈਡਰੇਸ਼ਨ ਆਫ ਫਰੰਟ 'ਚ ਹੈਗੀ ਆ, ਤੀਸਰੇ ਆ ਗਏ ਕੰਟਰੈਕਚੁਅਲ, ਤੇ ਜਿਹੜੇ ਆਊਟਸੋਰਸ ਆ ਬਹੁਤ ਵੱਡੀ ਗਿਣਤੀ 'ਚ ਉਹ ਵੀ ਆ ਸਕਦੇ ਨੇ, ਉਹਨਾਂ ਲਈ ਇੱਕ ਅਲੱਗ ਹੋ ਸਕਦੀ ਹੈ, ਜਾਂ ਕਹਿ ਲਓ 40 ਜਥੇਬੰਦੀਆਂ ਨਾਲ ਗੱਲ ਕਰੀ, 40 ਦੀ ਥਾਂ 'ਤੇ ਤੁਹਾਨੂੰ 4 ਕਰਤੀਆਂ ਜੀ, ਆਹ 0 ਕੱਟਤੀ, ਤੁਸੀਂ 4 ਨਾਲ ਗੱਲ ਕਰ ਲਓ, 4 ਦੇ ਮੁੱਦੇ। ਹੁਣ ਕੋਈ ਇਹ ਨਹੀਂ ਕਹਿ ਸਕਦਾ ਵੀ ਸਾਡੀ ਮੀਟਿੰਗ 'ਚ ਗੱਲ ਨਹੀਂ ਹੋਈ, ਸਾਨੂੰ ਇਹ ਨਹੀਂ, ਤੁਸੀਂ ਆਪ ਗੱਲ ਆਪ ਜ਼ਿੰਮੇਵਾਰ ਆ, ਆਪਾਂ ਸਾਰਿਆਂ ਇਕੱਠੀ ਲੜਾਈ ਲੜੀ ਆ, ਇਕੱਠਾ ਪ੍ਰੈਸ਼ਰ ਪਾਇਆ, ਇਕੱਠਿਆਂ ਨੂੰ